ਵੈਲਕਮ ਟੂ ਟੁਡੇਜ਼ ਐਡੀਸ਼ਨ ਆਫ ਅਮਰੀਕਨ ਵਿਜ਼ਨ। ਆਮ ਹਰਪ੍ਰੀਤ ਸਿੰਘ ਤੂਰ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸ਼ਲੋਮ। ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਵੀ ਨਿਊਯਾਰਕ ਦੇ ਵਿੱਚ ਅਸੀਂ ਜਿੱਥੇ ਜਸ ਪੰਜਾਬੀ ਸਟੂਡੀਓ ਹੈਗਾ ਆ ਲੋਂਗ ਆਈਲੈਂਡ ਸਿਟੀ ਨਿਊਯਾਰਕ ਦੇ ਵਿੱਚ, ਪੋਲੀਟੀਕਲੀ ਤੁਸੀਂ ਲਿਬਰਲ ਕਹਿ ਰਹੋ ਪਰ ਮੈਂ ਲਿਬਰਲ ਨਹੀਂ ਕਹਿੰਦਾ ਹੁੰਦਾ। ਮੈਂ ਲਿਬਰਲ ਇਸ ਕਰਕੇ ਨਹੀਂ ਕਹਿੰਦਾ ਹੁੰਦਾ, ਮੈਂ ਕਿਉਂਕਿ ਆਈ ਬਲੀਵ ਕਿ ਜਿਹੜੀਆਂ ਚੀਜ਼ਾਂ ਬਣਦੀਆਂ ਤੁਹਾਡੀਆਂ ਉਹਨੂੰ ਤੁਸੀਂ ਲਿਬਰਲ ਕਿੱਦਾਂ ਕਹਿ ਸਕਦੇ ਹੋ। ਤੁਸੀਂ ਅੱਗੇ ਨੂੰ ਤੁਰਨਾ ਹੈਗਾ ਜਿਉਂ ਜਿਉਂ ਤੁਹਾਡੀ ਐਜੂਕੇਸ਼ਨ ਹੈ, ਜਿਵੇਂ ਕਿ ਤੁਸੀਂ ਪਹਿਲੀ ਤੋਂ ਸ਼ੁਰੂ ਹੁੰਦੇ ਹੋ, ਬਾਅਦ ਹਾਈ ਸਕੂਲ ਕਰਦੇ ਹੋ, ਬੈਚਲਰ ਮਾਸਟਰ ਕਰਦੇ ਹੋ, ਫਿਰ ਪੀ ਐੱਚ ਡੀ ਵੱਲ ਨੂੰ ਜਾਂਦੇ ਹੋ। ਜਿਉਂ ਜਿਉਂ ਤੁਸੀਂ ਅੱਗੇ ਤੁਰੇ ਜਾਂਦੇ ਹੋ ਤਿਉਂ ਤਿਉਂ ਤੁਹਾਡਾ ਜਿਹੜਾ ਦਾਇਰਾ ਹੈ ਸੋਚ ਦਾ ਉਹ ਵੱਧਦਾ ਜਾਂਦਾ ਹੈਗਾ ਆ, ਔਰ ਉਹਦੇ ਨਾਲ ਤੁਸੀਂ ਇਨਕਲੂਸਿਵਨੈਸ ਦੀ ਗੱਲ ਕਰ ਰਹੇ ਹੋ ਉਸ ਵੇਲੇ। ਅਤੇ ਜੇ ਹੁਣ ਉਸ ਚੀਜ਼ ਨੂੰ ਲਿਬਰਲ ਦਾ ਨਾਂ ਦਿੱਤਾ ਜਾਵੇ ਤਾਂ ਉਹ ਮੈਂ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈਗਾ। ਔਰ ਦੂਜੀ ਗੱਲ ਹੈ ਜਿਹੜੀ ਕਿ ਮੈਂ ਅੱਜ ਕਹਿਣੀ ਚਾਹੁੰਦਾ ਹੈਗਾ ਹਾਂ ਭਈ 14 ਅਗਸਤ ਹੈ ਜਿਹੜੀ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਸੈਲੀਬ੍ਰੇਟ ਕੀਤਾ ਹੋਣਾ, 15 ਅਗਸਤ ਹੈ ਜਿਹੜੀ ਉਹ ਇੰਡੀਆ ਦੇ ਵਿੱਚ ਸੈਲੀਬ੍ਰੇਟ ਕੀਤੀ ਗਈ ਆ। ਪਰ 2-4 ਚੀਜ਼ਾਂ ਜਿਹੜੀਆਂ ਕਿ ਆਈ ਵਾਂਟ ਟੂ ਸ਼ੇਅਰ ਕਿ ਇੰਡੀਆ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਆ ਭਈ 4 ਸਾਲ ਗੌਰਮੈਂਟ ਨੂੰ ਹੋ ਗਿਆ ਔਰ ਇੱਕ ਵੀ ਸਰਦਾਰ ਆ ਜਿਹੜਾ ਦਾੜੀ ਕੇਸ ਪੱਗ ਵਾਲਾ ਉਹ ਮਿਨਿਸਟਰੀ ਦੇ ਵਿੱਚ ਨਹੀਂ ਹੈਗਾ। ਸੋ ਆਜ਼ਾਦੀ ਆ ਜਿਹੜੀ ਕਿਸ ਕਿਸਮ ਦੀ ਆਜ਼ਾਦੀ ਆ, ਕਿੱਦਾਂ ਦੀ ਆਜ਼ਾਦੀ ਆ, ਆਈ ਡੋਂਟ ਨੋ। 84 ਦੇ ਦੰਗੇ ਫਸਾਦ ਹੋਏ ਆ, ਅਜੇ ਤੱਕ ਕਿਸੇ ਗੌਰਮੈਂਟ ਨੇ ਕੁਛ ਸਾਨੂੰ ਹੱਥ ਪੱਲਾ ਨਹੀਂ ਫੜਾਇਆ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਹੈਗੀਆਂ, ਇਹਨਾਂ ਚੀਜ਼ਾਂ ਨੂੰ ਜਦ ਤੁਸੀਂ ਦੇਖਦੇ ਆ, ਇੱਕ ਇੰਗਲਿਸ਼ ਦੇ ਵਿੱਚ ਕਹਾਵਤ ਹੈਗੀ ਆ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਇੱਥੇ ਡਿਲੇ ਇੰਨੀ ਕੁ ਹੋ ਚੁੱਕੀ ਆ ਵੀ ਜਿਹਨਾਂ ਨੂੰ ਜਸਟਿਸ ਚਾਹੀਦਾ ਸੀ ਉਹ ਤਾਂ ਵਿਚਾਰੇ ਮਰਖੱਪ ਵੀ ਗਏ ਆ। ਮਜੋਰਟੀ ਆ ਜਿਹੜੀ ਜਿਹੜੀ ਬਾਕੀ ਹੈਗੀ ਆ, ਜਿਸ ਹਿਸਾਬ ਨਾਲ ਪਹੀਆ ਚੱਲ ਰਿਹਾ ਉਹ ਵੀ ਮਰਖੱਪ ਜਾਣੇ ਹੈਗੇ ਆ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ, ਪਰ ਜੇ ਕੋਈ ਮੈਨੂੰ ਕਹੇ ਵੀ ਮੈਂ ਇਸ ਚੀਜ਼ ਨੂੰ ਲੈ ਕੇ ਮੈਨੂੰ ਕਿਸੇ ਦੇ ਨਾਲ ਕੋਈ ਇੱਕ ਮੈਂ ਬੜਾ ਔਖਾ ਜਿਹਾ ਅੱਖਰ ਯੂਜ਼ ਕਰ ਲਾਂਗਾ ਵੀ ਨਫ਼ਰਤ ਆ, ਨੋ। ਨਫ਼ਰਤ ਇੱਕ ਬਹੁਤ ਹੀ ਸਟਰੋਂਗ ਚੀਜ਼ ਹੁੰਦੀ ਹੈ, ਕਿਉਂਕਿ ਨਫ਼ਰਤ ਦੇ ਵਿੱਚ ਕੁਛ ਨਹੀਂ ਨਿਕਲਦਾ। ਨਫ਼ਰਤ ਜਦ ਤੁਸੀਂ ਕਰਦੇ ਹੋ ਉਹਦੇ ਵਿੱਚ ਤੁਸੀਂ ਆਪਣੀ ਅੱਗ ਦੇ ਵਿੱਚ ਆਪ ਜਲਣਾ ਸ਼ੁਰੂ ਹੋ ਜਾਂਦੇ ਹੋ। ਇਟਸ ਜਸਟ ਏ ਮੈਟਰ ਆਫ ਟਾਈਮ ਕਿ ਕਦੋਂ ਉਹ ਤੁਹਾਡੀ ਜਿਹੜੀ ਨਫ਼ਰਤ ਦੀ ਅੱਗ ਹੈਗੀ ਉਹ ਤੁਹਾਨੂੰ ਸਾੜਨਾ ਸ਼ੁਰੂ ਕਰੇ। ਸੋ ਇਸ ਕਰਕੇ ਉਸ ਰਾਹ ਦੇ ਉੱਤੇ ਚੱਲਣਾ ਜਿਹੜਾ ਹੈਗਾ ਸੰਨਾ ਸਾਨੂੰ ਬਜ਼ੁਰਗਾਂ ਨੇ ਕਦੀ ਦੱਸਿਆ ਸੀ, ਅਤੇ ਕੋਸ਼ਿਸ਼ ਰਹਿਣੀ ਹੈ ਵੀ ਜਿੰਨਾ ਚਿਰ ਜ਼ਿੰਦਗੀ ਹੈਗੀ ਆ ਉਹਦੇ ਉੱਤੇ ਨਾ ਤੁਰੀਏ। ਔਰ ਇੱਕ ਪਿੱਛੇ ਜਿਹੇ ਮੈਨੂੰ ਨਹੀਂ ਸੀ ਪਤਾ, ਮੈਂ ਐਵੇਂ ਕਹਾਂ, ਆਈ ਵਾਜ਼ ਵਾਚਿੰਗ, ਕਿਉਂਕਿ ਗੱਲਬਾਤ ਚੱਲ ਰਹੀ ਸੀਗੀ ਸੀ ਨਿਕਸਨ 'ਤੇ ਜਦੋਂ ਰਿਜ਼ਾਈਨ ਕੀਤਾ ਸੀਗਾ ਸੀ ਇੰਪੀਚਮੈਂਟ ਵੇਲੇ, ਉਸ ਵਕਤ ਉਹਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਸੀ, ਆਈ ਐਮ ਗੋਇੰਗ ਟੂ ਜਸਟ ਸੇ ਦੈਟ ਸਟੇਟਮੈਂਟ ਕਲੋਜ਼ ਟੂ ਵਟ ਐਗਜੈਕਟਲੀ ਹੀ ਸੈਡ। ਹੀ ਸੈਡ ਕਿ ਯੂ ਸ਼ੁੱਡ ਨਾਟ ਹੇਟ ਦਾ ਹੇਟਰ, ਬਿਕੋਜ਼ ਇਫ ਯੂ ਸਟਾਰਟ ਹੇਟਿੰਗ ਦਾ ਹੇਟਰ ਯੂ ਅਲਟੀਮੇਟਲੀ ਬਿਕਮ ਹੇਟਰ ਐਂਡ ਯੂ ਗੋ ਬਿਓਂਡ ਦਾ ਹੇਟਰ ਵਿੱਚ ਯੂ ਆਲਰੇਡੀ ਸਟਾਰਟ ਹੇਟਿੰਗ ਐਂਡ ਦੈਨ ਦੇਰ ਇਜ਼ ਨੋ ਲਿਮਿਟ। ਔਰ ਉਹ ਜਿਹੜੀ ਹੇਟ ਵਾਲੀ ਅੱਗ ਹੁੰਦੀ ਹੈਗੀ ਆ ਉਹ ਸਾਨੂੰ ਸਾਰਿਆਂ ਨੂੰ ਹੀ ਵਿੱਚੋਂ ਸੁਆਹ ਕਰ ਦਿੰਦੀ ਹੈ, ਲੂਹ ਕੇ ਖਤਮ ਕਰ ਦਿੰਦੀ ਹੈਗੀ ਆ। ਪਰ ਇਹਨਾਂ ਚੀਜ਼ਾਂ ਦੇ ਉੱਤੋਂ ਉੱਠ ਕੇ ਜਿਹੜੇ ਕੰਮ ਹੁੰਦੇ ਹੈਗੇ ਆ, ਜਿਹੜੀਆਂ ਜਿਹਨੂੰ ਆਪਾਂ ਮਰਮ ਕਹਿ ਲਈਏ ਕੁਛ ਇੱਕ ਚੀਜ਼ਾਂ ਜਿਹੜੀਆਂ ਕਿ ਪੋਇਟਰੀ ਦੀ ਸ਼ੇਪ ਦੇ ਵਿੱਚ ਡਾਕੂਮੈਂਟਰੀ ਮੂਵੀਜ਼ ਬਣਾਈਆਂ ਜਾਂਦੀਆਂ ਹੈਗੀਆਂ ਜਾਂ ਹੋਰ ਸ਼ਾਰਟ ਸਟੋਰੀਜ਼ ਲਿਖੀਆਂ ਜਾਂਦੀਆਂ ਹੈਗੀਆਂ, ਉਹਨਾਂ ਦੇ ਥਰੂ ਰੀਚ ਆਊਟ ਕੀਤਾ ਜਾਂਦਾ ਲੋਕਾਂ ਨੂੰ। ਔਰ ਉਸ ਇਸ਼ੂ ਦੇ ਵਿੱਚ ਮੈਨੂੰ ਕਦੀ ਕਦੀ ਮੌਕਾ ਮਿਲਦਾ ਹੁੰਦਾ ਹੈ ਇੱਕ ਭਾਈ ਸਾਹਿਬ ਨਾਲ, ਜਿਨ੍ਹਾਂ ਨੂੰ ਮੈਂ ਅੱਜ ਤੁਹਾਡੇ ਸਾਹਮਣੇ ਰੂਬਰੂ ਕਰਾ ਰਿਹਾ, ਉਹਨਾਂ ਦੇ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਦਾ ਹੁੰਦਾ ਹੈ। ਅਤੇ ਇੱਕ ਦਿਨ ਉਹਨਾਂ ਨੇ ਬਾਈ ਚਾਂਸ ਇੱਕ ਮੈਨੂੰ ਸ਼ਾਰਟ ਸਟੋਰੀ ਜੀ ਭੇਜੀ, ਔਰ ਉਹ ਸ਼ਾਰਟ ਸਟੋਰੀ ਹੈ ਜਿਹੜੀ ਉਹ ਜਾਂ ਉਹਨਾਂ ਨੇ ਖੁਦ ਉਹ ਪੜ੍ਹੀ ਆ, ਤਕਰੀਬਨ ਮੇਰਾ ਖਿਆਲ 28-29 ਮਿੰਟ ਦੀ ਉਹ ਹੈਗੀ ਆ। ਔਰ ਪੜ੍ਹ ਕੇ ਜਿੱਦਾਂ ਨਾ ਬੰਦਾ ਅੰਦਰੋਂ ਝੰਝੋੜਿਆ ਜਾਂਦਾ, ਜਿਹੜੇ ਸੱਚ ਏ ਫੈਕਟ, ਐਂਡ ਆਈ ਡਿਸਾਈਡਡ ਕਿ ਯਾਰ ਪੋਲੀਟਿਕਸ ਆ ਜਿਹੜਾ ਹਰ ਵੇਲੇ ਚੱਲਦਾ ਹੈਗਾ, ਬਟ ਦਿਸ ਇਜ਼ ਸਮਥਿੰਗ ਆਈ ਗਾਟ ਟੂ ਬ੍ਰਿੰਗ। ਔਰ ਉਦਣ ਦੇ ਹੀ ਅਸੀਂ ਸਾਡਾ ਟਾਈਮ ਅੱਗੇ ਪਿੱਛੇ ਹੋਈ ਜਾਂਦਾ ਸੀਗਾ ਸੀ। ਸੋ ਅੱਜ ਤੁਹਾਡੇ ਨਾਲ ਅਸੀਂ ਉਹਨਾਂ ਨੂੰ ਰੂਬਰੂ ਕਰਾ ਰਹੇ ਹੈਗੇ ਹਾਂ, ਆਪਣਾ ਹੁਸੈਨ ਮੁਮਤਾਜ਼ ਹੁਸੈਨ ਸਾਹਿਬ ਜੀ ਆਇਆਂ ਨੂੰ ਮਹਾਰਾਜ, ਬੜੀ ਮਿਹਰਬਾਨੀ। ਹਾਂਜੀ, ਤੁਸੀਂ ਸੁਣ ਹੀ ਲਿਆ ਮਹਾਰਾਜ, ਸਭ ਤੋਂ ਪਹਿਲਾਂ ਤਾਂ ਤੁਸੀਂ ਕੋਈ ਮਾੜੀ ਮੋਟੀ ਆਪਣੀ ਲਿਖਤ ਪੜ੍ਹਨੀ ਚਾਹੋਗੇ ਜਾਂ ਆਪਾਂ ਪਹਿਲਾਂ ਸਵਾਲ ਜਵਾਬ ਕਰ ਲਈਏ, ਬਾਅਦ 'ਚ ਕਰੀਏ ਆਪਾਂ? ਮੇਰਾ ਖਿਆਲ ਪਹਿਲਾਂ ਕੋਈ ਸੁਣਾ ਦਿਓ, ਫਿਰ ਆਪਾਂ ਅੱਗੇ ਚੱਲਦੇ ਹਾਂ। ਮੈਂ
ਚਲੋ ਕੁਝ ਲੱਭਣਾ ਪੈਗਾ ਉਹਦੇ ਤੇ। ਚਲੋ ਇਦਾਂ ਕਰਦੇ ਹਾਂ, ਬ੍ਰੇਕ ਦੇ ਵਿੱਚ ਆਪਾਂ ਲੱਭ ਲਵਾਂਗੇ। ਹਾਂ ਪਹਿਲੇ ਸਵਾਲ ਦਾ ਬ੍ਰੇਕ ਤੋਂ ਬਾਅਦ ਆਪਾਂ ਕਰਦੇ ਹਾਂ। ਤੇ ਅੱਛਾ ਮੈਨੂੰ ਇਹ ਦੱਸੋ ਵੀ ਤੁਸੀਂ ਰੁਝਾਨ ਤੁਹਾਡਾ ਇੱਧਰ ਨੂੰ ਕਿੱਦਾਂ ਹੋਇਆ? ਮੈਂ ਸਟੋਰੀ ਰਾਈਟਿੰਗ। ਹਾਂਜੀ ਯਾ ਅੱਛਾ ਨਹੀਂ ਅਸਲ ਵਿੱਚ ਮੇਰੇ ਜਿਹੜੇ ਖਾਬ ਹੈਗੇ ਸਨ, ਖਾਬ ਸਨ ਫਿਲਮ ਮੇਕਰ ਦੇ। ਤੁਸੀਂ ਪੰਜਾਬ ਤੋਂ ਆ ਪਾਕਿਸਤਾਨ ਸਾਈਡ? ਮੈਂ ਪੰਜਾਬ ਤੋਂ ਆ ਜੀ, ਹਾਰਡਕੋਰ ਹੀਰ ਰਾਂਝੇ ਦਾ ਜਿਹੜਾ ਦੇਸ਼ ਹੈਗਾ, ਮੈਂ ਉਸ ਪਿੰਡ ਦਾ ਰਹਿਣ ਵਾਲਾ ਜਿੱਥੋਂ ਦੇ ਹੀਰ ਰਾਂਝਾ ਹੈ। ਹੀਰ ਰਾਂਝੇ ਹੈਗਾ, ਹੀਰ ਸਿਆਲ ਦੇ ਪਿੰਡ ਦਾ ਹੈਗਾ ਵਾ, ਝੰਗ ਤੋਂ। ਝੰਗ ਤੋਂ? ਹਾਂ। ਕੀ ਬਾਤ, ਕੀ ਬਾਤ। ਉੱਥੋਂ ਦਾ ਰਹਿਣ ਵਾਲਾ, ਪੰਜਾਬ ਔਰ ਪੰਜਾਬੀ ਮੇਰੇ ਨਸ ਨਸ ਵਿੱਚ ਵਸੀ ਹੋਈ ਹੈ, ਇਸ ਤਰ੍ਹਾਂ ਤੁਸੀਂ ਵੇਖ ਲਓ। ਅਤੇ ਉੱਥੋਂ ਹੁਣ ਫਿਕਸ਼ਨ ਜਿਹੜਾ ਹੈਗਾ, ਫਿਕਸ਼ਨ ਮੇਰੇ ਅੰਦਰ ਰਚਿਆ ਹੈ ਸ਼ੁਰੂ ਤੋਂ ਹੀ, ਕਹਾਣੀਆਂ ਸੁਣਨ ਦਾ। ਔਰ ਇੱਕ ਵਾਰੀ ਬੜੀ ਇੰਟਰਸਟਿੰਗ ਗੱਲਾਂ 'ਚੋਂ ਗੱਲ ਨਿਕਲਦੀ ਹੈਗੀ, ਬੜੀ ਇੰਟਰਸਟਿੰਗ। ਇੱਕ ਵਾਰੀ ਮੈਨੂੰ ਮੇਰੀ ਜਿਹੜੀ ਦਾਦੀ ਗੱਲਾਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਨਾ, ਅਤੇ ਉਹ ਹੀ ਕਹਾਣੀ ਸੀ, ਮਾਈ ਨੀ ਮਾਈ ਛੁਰੀਆਂ ਨਾ ਚਿਲਕਾ ਅਧੜੂ ਜਾਗਦਾ, ਇਹ ਇਹ ਕਹਾਣੀ ਹੈਗੀ। ਅੱਛਾ ਮੈਂ ਕਿੱਥੇ ਕਿਸੇ ਸਿੱਖ ਹੈਗੇ ਸੀ ਫੈਮਲੀ, ਉਹਨਾਂ ਦੇ ਘਰ ਖਾਣੇ 'ਤੇ ਗਿਆ, ਅਤੇ ਉਹਨਾਂ ਦੀ ਇੱਕ ਬੁੱਢੀ ਮਾਈ ਬੈਠੀ ਹੋਈ ਸੀ, ਉਹਨਾਂ ਦੀ ਦਾਦੀ, ਅਤੇ ਉਹ ਗੱਲਾਂ ਕਰਦੇ ਕਰਦੇ ਉਹਨੇ ਜਦੋਂ ਇਹ ਛੁਰੀਆਂ ਨਾ ਚਿਲਕਾ ਅਧੜੂ ਜਾਗਦਾ, ਮੈਂ ਇੱਕ ਕਿਸਮ ਦਾ ਮੈਨੂੰ ਉਹਨੂੰ ਇੱਕ ਸ਼ੌਕ ਜਿਹਾ ਲੱਗਾ। ਮੈਂ ਕਿਹਾ ਇਹ ਤਾਂ ਸਾਡੇ ਪੰਜਾਬ ਦੀ ਕਹਾਣੀ ਹੈਗੀ। ਕਹਿੰਦੀ ਨਹੀਂ ਪੁੱਤਰ, ਇਹ ਸਾਰੇ ਪੰਜਾਬ ਦੀ ਕਹਾਣੀ ਹੈਗੀ, ਅਤੇ ਇਹ ਵੰਡਾਂ ਜਿਹੜੀਆਂ ਪਈਆਂ ਨੇ, ਇਹ ਇਹਦਾ ਇਹ ਨਹੀਂ ਮਤਲਬ ਹੈਗਾ ਕਿ ਸਾਡੀ ਜ਼ੁਬਾਨ ਦੀ ਵੰਡ ਪੈ ਗਈ ਹੈ ਜਾਂ ਸਾਡੇ ਕਲਚਰ ਦੀ ਵੰਡ ਪੈ ਗਈ। ਸਾਗ ਅਸੀਂ ਵੀ ਉਸ ਤਰ੍ਹਾਂ ਦਾ ਹੀ ਖਾਂਦੇ ਹਾਂ ਜਿੱਦਾਂ ਦਾ ਉੱਥੇ ਖਾਂਦੇ ਨੇ। ਉਹ ਜਿਹੜਾ ਵਤਾਊ ਦਾ ਭੜਥਾ ਜਿਹੜਾ ਹੈਗਾ, ਉਹ ਹੁਣ ਵੀ ਉੱਥੇ ਉਂਝ ਹੀ ਬਣਦਾ ਹੈਗਾ, ਅਤੇ ਉਹ ਜਿਹੜੀ ਰੋਟੀ ਅਤੇ ਉੱਤੇ ਮੱਖਣ ਰੱਖ ਕੇ ਜਿਵੇਂ ਖਾਈਦਾ ਹੈਗਾ, ਵੇਲਣੇ 'ਤੇ ਜਿਵੇਂ ਗੁੜ ਬਣਦਾ ਹੈਗਾ, ਉਹ ਉੱਥੇ ਵੀ ਉਂਝ ਬਣਦਾ, ਅਤੇ ਉੱਧਰਲੇ ਪੰਜਾਬ ਵਿੱਚ ਵੀ ਉੱਧਰ ਹੀ ਬਣਦਾ। ਉਹੀ ਉਹੀ ਉਹ ਸਵੇਰੇ ਉੱਠ ਕੇ ਮੱਕੀ ਦੀ ਰੋਟੀ ਦੇ ਉਹ ਮੱਖਣ ਦੇ ਨਾਲ ਚੋਪੜ ਕੇ ਉਹਦੇ 'ਤੇ ਮੋਟੀ ਲਾਲ ਮਿਰਚ ਪਾ ਕੇ ਲੂਣ ਪਾ ਕੇ ਬੈਠ ਕੇ ਖਾਣਾ। ਇਹ ਪੂਰੇ ਪੰਜਾਬ ਦੀ ਜਿਹੜੀ ਹੈਗੀ ਨਾ, ਉਹਦੇ ਅੰਦਰ ਹੈਗਾ। ਹੁਣ ਉਹਨੂੰ ਤੁਸੀਂ ਕਿਵੇਂ ਡਿਫਰੈਂਸ਼ੀਏਟ ਹੀ ਨਹੀਂ ਕਰ ਸਕਦੇ। ਅੱਛਾ ਹੋਰ ਇੱਕ ਜਿਹੜੀ ਇੰਟਰਸਟਿੰਗ ਜਿਹੜੀ ਗੱਲ ਹੈਗੀ ਨਾ ਪੰਜਾਬੀ ਦੀ, ਉਹ ਹੈ ਕਿ ਇਹ ਜ਼ੁਬਾਨ ਕੰਪਰੀਹੈਂਸਿਵ ਬਹੁਤ ਹੈਗੀ, ਇੰਨੀ ਕੰਪਰੀਹੈਂਸਿਵ ਮੈਂ ਕੋਈ ਹੋਰ ਜ਼ੁਬਾਨ ਦੁਨੀਆ 'ਚ ਨਹੀਂ ਵੇਖੀ ਜਿੰਨੀ ਪੰਜਾਬੀ ਹੈਗੀ। ਅੱਛਾ ਇਹਦਾ ਇੱਕ ਇੰਟਰਸਟਿੰਗ, ਥੋੜ੍ਹਾ ਜਿਹਾ ਮੈਂ ਤੁਹਾਡੇ ਕੋਲ ਟਾਈਮ ਲਾਂਗਾ। ਨਹੀਂ ਨਹੀਂ, ਆਪਣੇ ਕੋਲ ਇਹੀ ਅੱਜ ਆਪਾਂ ਡਿਸਕਸ ਕਰਨਾ, ਕਿਉਂਕਿ ਮੈਂ ਸ਼ੋਅ ਦੇ ਉੱਤੇ ਇੱਕ ਵਾਰੀ ਨਹੀਂ ਕਈ ਵਾਰੀ ਕਹਿ ਚੁੱਕਾ ਵੀ ਦੁਨੀਆ ਦੇ ਵਿੱਚ ਤਕਰੀਬਨ 4 ਜਾਂ 5 ਲੈਂਗੁਏਜਿਸ ਆ ਜਿਹਨਾਂ ਨੂੰ ਕੰਪਲੀਟ ਗਿਣਿਆ ਗਿਆ। ਹਾਂ, ਪੰਜਾਬੀ ਇਜ਼ ਵਨ ਆਫ ਦੈਮ। ਪੰਜਾਬੀ ਵਨ ਆਫ ਦੈਮ, ਹਾਂ ਠੀਕ ਹੈ ਨਾ। ਹਾਂ, ਗੋ ਅਹੈਡ। ਅੱਛਾ, ਇੱਕ ਅੰਗਰੇਜ਼ ਜਿਹੜਾ ਹੈਗਾ ਨਾ, ਉਹ ਆਇਆ ਇੰਡੀਆ 'ਚ, ਪੰਜਾਬ ਆਇਆ, ਉਹਨੇ ਕਿਹਾ ਜੀ ਮੈਂ ਪੰਜਾਬੀ ਸਿੱਖਣੀ ਹੈਗੀ। ਉਹਨੂੰ ਕਿਸੇ ਨੇ ਮਸ਼ਵਰਾ ਦਿੱਤਾ ਕਿ ਬਜਾਏ ਤੂੰ ਕਿਸੇ ਇੰਸਟੀਟਿਊਸ਼ਨ ਨਹੀਂ ਜਾ ਕੇ ਬਕਾਇਦਾ ਫਾਰਮਲ ਪੰਜਾਬੀ ਦੀ ਲੈ, ਇਹ ਪੰਜਾਬੀ ਜਿਹੜੀ ਜ਼ੁਬਾਨ ਹੈਗੀ ਨਾ, ਇਹ ਇੰਟਰੈਕਸ਼ਨ ਦੀ ਹੈ, ਇਹ ਜੁੜਤ ਦੀ ਹੈ, ਜੁੜਨ ਦੀ ਹੈਗੀ ਜ਼ੁਬਾਨ। ਅਤੇ ਤੂੰ ਇੰਝ ਕਰ, ਤੂੰ ਐਕਸਪੀਰੀਅੰਸ ਕਰ, ਕਿਸੇ ਪਿੰਡ ਚਲਾ ਜਾ। ਕਹਿੰਦਾ ਕਿਹੜੇ ਪਿੰਡ ਜਾਵਾਂ? ਕਹਿੰਦਾ ਜੀ ਇੱਕ ਪਿੰਡ ਹੈਗਾ ਇੱਥੇ ਕੋਈ 50 ਮੀਲ ਅਤੇ 134 ਚੱਕ, ਅਤੇ ਤੂੰ ਉੱਥੇ ਚਲਾ ਜਾ। ਉਹ ਬੱਸ 'ਚ ਬੈਠਾ, ਉੱਥੋਂ ਉਤਰਿਆ, ਉਹ ਪੈਦਲ ਜਾ ਰਿਹਾ ਸੀ, ਅਤੇ ਅੱਗੇ ਜਾ ਕੇ ਦੇਖਦਾ ਕਿ ਇੱਕ ਬੰਦਾ ਜਿਹੜਾ ਹੈਗਾ ਨਾ, ਉਹ ਮੰਜੀ ਦਾ ਵਾਣ ਪਿਆ ਵੱਟਦਾ ਸੀ। ਅਤੇ ਉਹਨੇ ਉਹਦੇ ਕੋਲ ਜਾ ਕੇ ਪੁੱਛਿਆ, ਉਹਨੇ ਕਿਹਾ ਤੂੰ ਇੰਟਰੈਕਸ਼ਨ ਕਰਨਾ ਬੰਦੇ ਕੋਲ, ਸਵਾਲ ਕਰੀ ਜਾਈ, ਤੈਨੂੰ ਜ਼ੁਬਾਨ ਆਪੇ ਸਮਝ ਆਉਂਦੀ। ਕਹਿੰਦਾ ਉਹ ਮੈਂ ਇਹ ਤੁਮ ਕਿਆ ਕਰਤਾ? ਉਹ ਕਹਿੰਦਾ ਵੇਖਦੇ ਨਹੀਂ ਜੀ, ਮੈਂ ਵਾਣ ਵੱਟਦਾ ਪਿਆ। ਕਹਿੰਦਾ ਅੱਛਾ, ਤੋ ਉਹ ਜਿਹੜੀ ਟਵਿਸਟ ਹੈਗਾ, ਉਹਨੂੰ ਤੁਸੀਂ ਵੱਟ ਕਹਿੰਦੇ ਹੋ? ਹਾਂ, ਵਾਣ ਟਵਿਸਟ ਕਰਨ ਨੂੰ। ਹਾਂ, ਉਹਨੂੰ ਜਿਹੜੀ ਉਹ ਹੈ, ਆਪਣੇ ਕਹਿੰਦੇ ਹੁੰਦੇ ਨਾ ਕਿੱਦਾਂ ਵੱਟ ਚੜਿਆ ਇਹਨੂੰ, ਸੁਣੇ ਜਾਓ ਹੁਣ ਤੁਸੀਂ ਅੱਗੇ। ਉਹਨੇ ਕਿਹਾ ਇਹਨੂੰ ਤੁਸੀਂ ਵੱਟ ਕਹਿੰਦੇ? ਅੱਗੇ ਗਿਆ ਅਤੇ ਉਹ ਇੱਕ ਦੁਕਾਨਦਾਰ ਬੈਠਾ ਹੋਇਆ ਸੀ, ਅਤੇ ਬੜਾ ਉਦਾਸ ਜਿਹਾ ਬੈਠਾ, ਅਤੇ ਇਹ ਅੰਗਰੇਜ਼ ਉਹਨੂੰ ਜਾ ਕੇ ਪੈਂਦਾ, ਉਹ ਮੈਨ ਤੁਮ ਬੜਾ ਉਦਾਸ ਲੱਗਦਾ। ਕਹਿੰਦਾ ਜੀ ਸਵੇਰ ਦਾ ਬੈਠਾ, ਕੋਈ ਇੱਕ ਪੈਸਾ ਨਹੀਂ ਵਟਿਆ। ਉਹ ਅੱਗੇ ਜਾ ਕੇ ਕਹਿੰਦਾ ਉਹ ਮੈਨ ਤੁਮ ਅਰਨਿੰਗ ਕੋ ਵੱਟ ਬੋਲਤਾ। ਫਿਰ ਅੱਗੇ ਤੁਰਿਆ, ਅਤੇ ਅੱਗੇ ਥੋੜ੍ਹਾ ਜਿਹਾ ਅੱਗੇ ਗਿਆ ਹੀ ਹੈਗਾ ਸੀ, ਅਤੇ ਉਹ ਇੱਕ ਬੰਦਾ ਨਾ ਐਂ ਉੱਤੇ ਅਸਮਾਨ ਨਾਲ ਉਹਨੇ ਮੂੰਹ ਰੱਖਿਆ, ਅਤੇ ਕਹਿੰਦਾ ਜੀ ਅੱਜ ਕੀ ਵੱਟ ਲਗਾਇਆ? ਕਹਿੰਦਾ ਉਹ ਮੈਨ ਤੁਮ ਹਿਊਮਿਲਿਟੀ ਕੋ ਵੱਟ ਬੋਲਤਾ। ਅੱਗੇ ਥੋੜ੍ਹਾ ਜਿਹਾ ਅੱਗੇ ਚੱਲਿਆ, ਅਤੇ ਚੌਧਰੀ ਦਾ ਜਿਹੜਾ ਮੁੰਡਾ ਹੈਗਾ ਸੀ ਨਾ, ਉਹਨੇ ਬੜਾ ਕਲਫ ਕੁਲਫ ਲਾਇਆ, ਆਕੜੀ ਹੋਈ ਸਲਵਾਰ ਕਮੀਜ਼ ਪਾਈ ਹੋਈ ਉਹਨੇ, ਅਤੇ ਉਹ ਤੁਰਿਆ ਆ ਰਿਹਾ, ਅਤੇ ਇਹ ਉਹਨੂੰ ਗਿਆ ਵੱਧ ਕੇ ਵੀ ਚੌਧਰੀ ਦਾ ਪੁੱਤਰ ਹੈਗਾ, ਉਹਨੂੰ ਜੱਫੀ ਪਾਉਣ ਲੱਗਾ। ਕਹਿੰਦਾ ਉਹ ਨਹੀਂ 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 ਨਹੀਂ, ਜੱਫੀ ਨਾ ਪਾਈ, ਮੇਰੇ ਕੱਪੜੇ ਨੂੰ ਵੱਟ ਪੈ ਜਾਣੀ। ਉਹ ਕਹਿੰਦਾ ਉਹ ਮੈਨ ਤੂੰ ਰਿੰਕਲ ਕੋ ਵੱਢ ਬੋਲਤਾ। ਥੋੜ੍ਹਾ ਜਿਹਾ ਅੱਗੇ ਗਿਆ, ਅਤੇ ਉਹ
ਇੱਕ ਬੰਦੇ ਕੋਲ ਪੁੱਛਦਾ, ਕਹਿੰਦਾ ਜੀ ਚੱਕ ਨੰਬਰ 134 ਕਿੱਧਰ ਹੈ? ਕਹਿੰਦਾ ਐ ਵੱਟੋ ਵੱਟ ਲਗਾ ਜਾ। ਕਹਿੰਦਾ ਉਹ ਮੈਂ ਤੂੰ ਪੈਦ ਕੋ ਵੱਟ ਬੋਲਦਾ? ਫਿਰ ਅੱਗੇ ਥੋੜ੍ਹੀ ਜਿਹੀ ਅੱਗੇ ਆਇਆ ਅਤੇ ਇੱਕ ਬੰਦਾ ਨਾ ਲੋਟਾ ਲੈ ਕੇ ਜਾ ਰਿਹਾ ਸੀ ਨੱਠਿਆ, ਅਤੇ ਉਹਨੂੰ ਕਹਿੰਦਾ, ਕਹਿੰਦਾ ਭਾਈ ਸਾਹਿਬ ਸੁਣਨਾ, ਉਹ ਮੈਂ ਮੈਨੂੰ ਬਤਾਉਣਾ ਚੱਕ 136। ਉਹ ਕਹਿੰਦਾ ਮੈਨੂੰ ਬੜੇ ਵੱਟ ਪੈ ਰਹੇ ਨੇ, ਮੈਂ ਵਾਪਸ ਆ ਕੇ ਦੱਸਣਾ ਤੁਹਾਨੂੰ। ਕਹਿੰਦਾ ਉਹ ਮੈਂ ਤੂੰ ਕ੍ਰੈਮਸ ਕੋ ਵੱਟ ਬੋਲਦਾ? ਅੱਗੇ ਅੱਗੇ ਗਿਆ ਅਤੇ ਅੱਗੇ ਜਿਹੜਾ ਹੈਗਾ ਨਾ, ਦੋ ਬੰਦੇ ਲੜ ਰਹੇ ਸਨ ਅਤੇ ਉਹ ਉਹਨੇ ਜਾ ਕੇ ਨਾ ਦੋਵਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇੱਕ ਨੂੰ ਉਹਨੇ ਪੁੱਛਿਆ, ਕਹਿੰਦਾ ਜੀ, ਉਹ ਕਹਿੰਦਾ ਜੀ ਮੈਨੂੰ ਇਹਦੇ 'ਤੇ ਬੜਾ ਵੱਟ ਹੈਗਾ। ਉਹ ਕਹਿੰਦਾ ਉਹ ਮੈਂ ਤੁਮ ਐਂਗਰ ਕੋ ਵੱਟ ਬੋਲਦਾ? ਉਹ ਦੂਜੇ ਨੂੰ ਜਾ ਕੇ ਉਹਨੇ ਦੂਜੇ ਨੂੰ ਪਰੇ ਕੀਤਾ, ਉਹਨੂੰ ਕਹਿ ਕੇ ਜੀ ਕਿ ਯਾਰ ਤੁਸੀਂ ਨਾ ਲੜੋ। ਕਹਿੰਦਾ ਨਹੀਂ ਜੀ ਮੈਂ ਹੁਣੇ ਇਹਦੇ ਵੱਟ ਕੱਢ ਦੇਣੇ। ਉਹ ਕਹਿੰਦਾ ਉਹ ਮੈਂ ਤੂੰ ਇਮੋਰੈਲਿਟੀ ਕੋ ਵੱਟ ਬੋਲਦਾ? ਅੱਛਾ ਹੁਣ ਅੱਗੇ ਗਿਆ ਇੱਕ ਇੱਕ ਜਿਹੜਾ ਬੰਦਾ ਹੈਗਾ ਸੀ ਨਾ, ਉਹ ਬੜਾ ਗੁੰਮ ਸੁੰਮ ਹੋ ਕੇ ਨਾ ਹੈ ਉਹ ਬੈਠਾ ਹੋਇਆ ਸੀ ਅਤੇ ਉਹ ਉਹਦੇ ਕੋਲ ਜਾਣ ਲੱਗਾ ਅਤੇ ਉਹਨੂੰ ਕਹਿੰਦਾ, ਕਹਿੰਦਾ ਇਹ ਬੰਦਾ ਕਿਉਂ ਵਾਈ ਹੀ ਸੋ? ਉਹ ਕਹਿੰਦਾ ਜੀ ਇਹ ਜਿਹੜਾ ਹੈਗਾ ਨਾ ਧੜ ਵੱਟ ਕੇ ਜਿਹੜਾ ਬੈਠਾ ਹੈਗਾ ਨਾ ਇਹ ਮੇਸਣਾ ਹੈ। ਉਹ ਕਹਿੰਦਾ ਉਹ ਮੈਂ ਤੂੰ ਸਾਇਲੈਂਸ ਕੋ ਵੱਟ ਬੋਲਦਾ? ਵੱਟ ਕੇ ਬੈਠ ਧੜ ਵੱਟ ਕੇ ਬੈਠਾ ਹਾਂ ਅੱਗੇ ਹੁਣ ਦੇਖ ਲਓ ਕਿ ਉਹ ਜਿਹੜਾ ਹੈਗਾ ਨਾ। ਅੱਛਾ ਉਹ ਫਿਰ ਅੱਗੇ ਗਿਆ ਨਾ ਅੱਗੇ, ਉਹ ਕਹਿੰਦਾ ਹੈਗਾ ਕਿ ਉਹ ਜੀ ਇਸ ਬੰਦੇ ਕੋਲ ਵੱਜਣਾ ਇਹਨੇ ਵੱਟ ਕੇ ਤੁਹਾਨੂੰ ਚੰਡ ਮਾਰਨੀ ਜੇ। ਉਹ ਕਹਿੰਦਾ ਮੈਂ ਤੂੰ ਐਂਗਰ ਕੋ ਵੱਟ ਬੋਲ? ਯਾਨੀ ਕਿ ਤੁਸੀਂ ਲਗੇ ਜਾਓ ਲਗੇ ਜਾਓ ਲਗੇ ਜਾਓ। ਇਸ ਇਤਨੀ ਕੰਪਰੀਹੈਂਸਿਵ ਜ਼ਬਾਨ ਹੈਗੀ ਹੈ ਕਿ ਇਹਦੇ ਮਤਲਬ ਮੁੱਕਣਗੇ ਨਹੀਂ। ਯਾਨੀ ਕਿ ਕਈ ਜ਼ਬਾਨਾਂ ਦੀ ਮਾਂ, ਉਰਦੂ ਜ਼ਬਾਨ ਦੀ ਮਾਂ ਜਿਹੜੀ ਹੈ ਉਹ ਪੰਜਾਬੀ ਹੈਗੀ। ਯਾਨੀ ਕਿ ਜਦੋਂ 10th ਸੈਂਚਰੀ ਦੇ ਵਿੱਚ ਇਹ ਮਿਡਲ ਈਸਟ 'ਚੋਂ ਅਤੇ ਈਰਾਨ 'ਚੋਂ ਅਤੇ ਇੱਧਰੋਂ ਪਰਸ਼ੀਆ ਟਰਕੀ ਇਹ ਉਹ ਸਾਰੇ ਇੰਡੀਆ ਨੂੰ ਫਤਿਹ ਕਰਨ ਲਈ ਆਉਣਾ ਸ਼ੁਰੂ ਹੋ ਗਿਆ, ਕਦੀ ਕੋਈ ਫੌਜੀ ਆਇਆ ਕਦੀ ਕੋਈ, ਅਤੇ ਲਾਹੌਰ ਦੇ ਵਿੱਚ ਜਦੋਂ ਕਾਫਲਾ ਆਇਆ ਅਤੇ ਉਹ ਹੁਣ ਪੰਜਾਬੀ ਜ਼ਬਾਨ ਹੈਗੀ ਸੀ, ਪੰਜਾਬੀ ਦੇ ਤਾਣੇ ਦੇ ਉੱਤੇ ਪੇਟੇ ਜਿਹੜੇ ਪੈਣੇ ਸ਼ੁਰੂ ਹੋ ਗਏ ਨਾ, ਤਾਣਾ ਪੇਟਾ ਜਦੋਂ ਤੁਸੀਂ ਕੱਪੜਾ ਬੁਣਦੇ ਹੈ, ਉਹ ਜਿਹੜਾ ਹੈਗਾ ਨਾ ਕਿਸੇ ਨੇ ਅਰਬੀ ਦੇ ਜ਼ਬਾਨ ਵਿੱਚ ਸ਼ਾਮਿਲ ਕਰਤੇ, ਕਿਸੇ ਨੇ ਟਰਕੀ ਦੇ ਜ਼ਬਾਨ ਸ਼ਾਮਿਲ ਕਰਤੇ, ਕਦੀ ਕੁਝ, ਤੇ ਉਹ ਜ਼ਬਾਨ ਉਰਦੂ ਬਣ ਗਈ। ਅਸਲ ਜਿਹੜੀ ਮਾਂ ਹੈ ਮਾਂ ਉਹ ਪੰਜਾਬੀ ਪੰਜਾਬੀ। ਲੈਟਸ ਟੇਕ ਅ ਬ੍ਰੇਕ, ਆਫਟਰ ਦ ਬ੍ਰੇਕ ਵੀ ਵਿਲ ਬੀ ਰਾਈਟ ਬੈਕ।